केएल फास्ट न्यूज की सारी वीडियोस होंगी आपकी एक क्लिक पर। चैनल को सब्सक्राइब करें और नई वीडियोस के लिए बेल आइकॉन जरूर दबाएं। इकहत्तर साल पहले अंग्रेजी हुकूमत की गुलामी से मिले छुटकारे की भारत और पाकिस्तान के लोग आज खुशियां मनाने की तैयारियां कर रहे हैं, लेकिन इन खुशियों के पीछे बहुत से ऐसे दर्द छुपे हैं जो आज भी हजारों परिवारों के लिए एक टीस बनकर चुभते हैं। लाखों शहीदों की कुर्बानियों के बाद सात दशक पहले 15 अगस्त 1947 को भारत आजाद हुआ था, लेकिन सियासत अपनी चाल चल गई और भारत का बंटवारा हुआ, पाकिस्तान बन गया। बंटवारे के बाद पाकिस्तान से आ रही हिंदू सिखों की लाशों से भरी ट्रेन को देखकर भारत में भी मुसलमान कत्लेआम का शिकार हो गए। आजादी की पल भर की खुशियों में जिंदगी भर का दर्द लेकर उजड़ गए हजारों परिवार। जो लोग बच गए आज भी उनके दर्द भरी दास्तां को सुनकर हर किसी का कलेजा फट जाता है। ऐसे ही खूनी मंजर कत्लेआम दर्द को झेल चुके 85 साल के बाबा मोहम्मद रमजान जब भी उस वक्त को याद करते हैं तो उनकी आंखों से आंसू टपक पड़ते हैं। उस समय की पटियाला रियासत की बठिंडा तहसील के गांव मीरपुर खुर्द, सरदूले वाला, रोड़ी, बड़ा गुड़ा, रानिया व हिसार जिले की घटनाएं बताएंगे आज वो अपने मुखारबिंद से। किस तरह से कतलेआम से बचकर घग्गर नदी के होते हुए पाकिस्तान पहुंचे थे वो, आप भी सुनिए एक पाकिस्तानी पत्रकार द्वारा दी गई दर्द भरी इस खास बातचीत को। इस खास बातचीत को सुनने से पहले हमारे चैनल को सब्सक्राइब करना ना भूलें, साथ में घंटी का बटन भी दबाएं ताकि आपको मिल सके पल भर की हर खबर। अपडेट रहिए हमारे चैनल के साथ। अस्सलाम वालेकुम जी। वालेकुम सलाम वरहमतुल्लाहि वबरकातुहू। की नाम जी अपना? मोहम्मद रमजान। मोहम्मद रमजान। वल्द जी? अली मोहम्मद। अच्छा जी, दादा जी का नाम याद? हाँ जी। की नाम? सईदुल्लाह। सईदुल्लाह। अच्छा, माशाल्लाह। ते अपनी कितनी उम्र हो गई होनी? केड़े साल दी पैदाइश है? साल 1933 दी। 1933 दी पैदाइश है तुहाडी? हां जी। आप किथे रहंदे सी पहला? रियासत पटियाला मीरपुर पिंड, मीरपुर खुर्द कहंदे सी। अच्छा जी। रियासत पटियाले च होर सी, ओहदा नाम ही मीरपुर सी, ओह मीरपुर कलां सी। अच्छा, इक नाल ही तकरीबन नेड़े जी। ਤੁਹਾਡਾ ਰਿਆਸਤ ਪਟਿਆਲੇ ਚ ਮੀਰਪੁਰ ਖੁਰਦ ਸੀ? ਹਾਂਜੀ, ਖੁਰਦ। ਹੋਰ ਉਹਦੇ ਤਹਿਸੀਲ ਬਠਿੰਡਾ ਜੀ? ਤਹਿਸੀਲ ਬਠਿੰਡਾ ਜੀ। ਜ਼ਿਲ੍ਹਾ ਬਰਨਾਲਾ। ਜ਼ਿਲ੍ਹਾ ਬਰਨਾਲਾ ਜੀ। ਸਟੇਸ਼ਨ ਸਾਨੂੰ ਦੋ ਲੱਗਦੇ ਸਨ। ਅੱਛਾ ਜੀ। ਕਿਹੜੇ? ਇੱਕ ਮਾਨਸਾ ਮੰਡੀ ਜੀ ਤੇ ਇੱਕ ਗੁੜੇ। ਗੁੜੇ, ਮਾਨਸਾ ਮੰਡੀ ਤੇ ਗੁੜੇ। ਹਾਂਜੀ ਜੀ। ਗੁੜੇ ਸਨ ਜ਼ਿਲ੍ਹੇ ਸਾਰ ਚ ਜੀ। ਉੱਥੇ ਛੋਟੀ ਲਾਈਨ ਚੱਲਦੀ ਸੀ ਜੀ ਜੀ। ਤੇ ਮਾਨਸਾ ਮੰਡੀ ਜਿਹੜੀ ਇਹ ਫਿਰੋਜ਼ਪੁਰ ਰੋਡ ਵਾਲੀ, ਫਿਰੋਜ਼ਪੁਰ ਵਾਲੀ ਜਿਹੜੀ ਲਾਈਨ ਸੀ ਫਿਰੋਜ਼ਪੁਰੋਂ ਦਿੱਲੀ ਜੀ, ਉਹਦੇ 'ਚ ਸੀ। ਅੱਛਾ ਜੀ। ਉਹ ਸਾਡੇ ਪਿੰਡ ਤੋਂ 16 ਕੋਹ ਸੀ। ਅੱਛਾ ਜੀ। ਜਿੱਥੇ ਅਸੀਂ ਰਹਿੰਦੇ ਸਾਂ ਤੇ ਆਪਣੇ ਸਾਡੇ ਪਿੰਡ ਆਉਣ ਜਾਣ ਵਾਸਤੇ ਨਾ ਸਿਰਫ ਇੱਕ ਟਾਈਮ ਹੁੰਦਾ ਸੀ, ਉਹ ਵੀ ਮੋਟਰ ਚੱਲਦੀ ਸੀ ਜੀ। ਉੱਥੇ ਮੋਟਰਾਂ ਕਹਿੰਦੇ ਛਚਾਉਣ ਛਚਾਉਣ ਬੱਸਾਂ ਗਿਆ, ਕੁਛ ਬੜਾ ਕੁਛ ਹੋ ਗਿਆ। ਹਾਂਜੀ। ਤੇ ਉਹਦੇ ਉੱਤੇ ਕਿਰਾਇਆ ਤਕਰੀਬਨ ਮੇਰਾ ਖਿਆਲ 12 ਆਨੇ ਤੱਕ ਕਰਾਇਆ ਸੀ ਉਦੋਂ। ਅੱਛਾ, 12 ਆਨੇ ਸੀ? 12 ਆਨੇ ਠੀਕ, ਕਿਉਂਕਿ ਨਿਜ਼ਾਮ ਚੱਲਦਾ ਸੀ ਬਰਤਾਨੀਆ ਦਾ ਜੀ, ਆਨੇ ਵਾਲਾ, ਤੇ 16 ਪੈਸੇ ਆਪਣੇ 16 ਆਨੇ ਰੁਪਈਏ ਦੇ ਜੀ। ਤੇ ਬਾਕੀ ਅੱਛਾ, ਸਾਡਾ ਨਿਸ਼ਾ ਇਸ਼ਾਰੀ ਜ਼ਾਮ ਕਿਹਾ ਜਾਂ ਕੁਛ, ਇਹ ਤਾਂ ਇੱਥੇ ਆ ਕੇ ਹੋਇਆ ਜੀ ਜੀ। ਤੇ ਆਪਣੇ ਜਿਹੜੇ ਪਿੰਡ ਦੇ ਨਾਲ ਨਾਲ ਦੇ ਲਾਗੇ ਲਾਗੇ ਦੇ ਪਿੰਡ ਸੀ ਉਹਨਾਂ ਦੇ ਨਾਲ 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 ਪਿੰਡ ਹੈਗੇ ਸਨ। ਵੱਡਾ ਮੀਰਪੁਰ ਜਿਹਨੂੰ ਅਸੀਂ ਰੱਖਦੇ ਸੀ, ਜਿਹਨੂੰ ਤੁਹਾਨੂੰ ਦੱਸਿਆ ਵੀ ਮੀਰਪੁਰ ਕਲਾਂ ਜੀ, ਉਹ ਲਿਖਣ ਪੜ੍ਹਨ ਤਾਂ ਕਲਾਂ ਦੇ ਅਸੀਂ ਤਾਂ ਨਹੀਂ ਸਮਝਿਆ ਵੱਡਾ ਮੀਰਪੁਰ ਜੀ, ਵੱਡੇ ਮੀਰਪੁਰ ਜਾਣਾ ਭਾਈ ਜੀ। ਹੋਰ ਤੇ ਫਿਰ ਅੱਗੇ ਉਸ ਤੋਂ ਫੱਤਾ ਸੀ, ਝਨੀਰ ਸੀ, ਫਿਰ ਚੋਟੀਏ ਪਿੰਡ ਸੀ ਇੱਕ ਜੀ, ਆਸਪੁਰ ਸੀ ਇੱਧਰ, ਨਾਗਪੁਰ, ਆਸਪੁਰ, ਅਤੇ ਫੱਤਾ ਉਹ ਤਾਂ ਤੁਹਾਨੂੰ ਅੱਗੇ ਦੱਸਿਆ, ਢੁਡਾਲ ਜੀ, ਢੁਡਾਲ ਠੀਕ ਹੈ, ਅਤੇ
ਸਰਦੂਲੇ ਵਾਲਾ ਸਰਦੂਲੇ ਵਾਲਾ ਸੀ ਠੀਕ ਹਾਂ ਜੀ ਲੱਗ ਗਿਆ ਤੇ ਇਹ ਆਲੇ ਦੁਆਲੇ ਦੇ ਪਿੰਡ ਦਾ ਸਰਦਾਰ ਜੀ ਜੀ ਤੁਹਾਡੇ ਪਿੰਡ ਦੇ ਮੀਰਪੁਰ ਖੁਰਦ ਦੇ ਆਲੇ ਦੁਆਲੇ ਹਾਂ ਜੀ ਹਾਂ ਜੀ ਠੀਕ ਠੀਕ ਦੂਜੇ ਪਾਸੇ ਸੀ ਇੱਕ ਪਿੰਡ ਫੂਸ ਮੰਡੀ ਫੂਸ ਮੰਡੀ ਠੀਕ ਹੈ ਇੱਕ ਪਿੰਡ ਹੈਗਾ ਸੀ ਟਿੱਬੀ ਜੀ ਉਸ ਤੋਂ ਅੱਗੇ ਸੀ ਰੋੜੀ ਰੋੜੀ ਨਹੀਂ ਰੋੜੀ ਰੋੜੀ ਠੀਕ ਹੈ ਜੀ ਉੱਥੇ ਮੌਲੀ ਸੁਲੇਮਾਨ ਸਨ ਜੀ ਅਤੇ ਆਪਣਾ ਜਿਹੜਾ ਸੀ ਉੱਥੇ ਤੁਹਾਡਾ ਜਿਹੜਾ ਪਿੰਡ ਸੀ ਮੀਰਪੁਰ ਖੁਰਦ ਹਾਂਜੀ ਪਟਿਆਲੇ ਰਿਹਾ ਸੀ ਹਾਂਜੀ ਹਾਂਜੀ ਇਹਦੇ ਕਿੱਡਾ ਕੁ ਵੱਡਾ ਪਿੰਡ ਸੀ ਇਹ ਤਕਰੀਬਨ ਕੋਈ ਚਾਰ ਕੁ ਮੁਰੱਬੇ ਕਿੰਨੇ ਘਰ ਹੋਣੇ ਘਰਾਂ ਦਾ ਤਾਂ ਮੈਂ ਉਹਦੇ ਛੋਟਾ ਯਾਨੀ ਕਿ ਵੱਡਾ ਪਿੰਡ ਗਿਣਿਆ ਜਾਂਦਾ ਸੀ ਇਹ ਛੋਟਾ ਹਾਂ ਨਹੀਂ ਪਿੰਡ ਉਹ ਵੱਡੇ ਜਿਹੜਾ ਜਿਹਨੂੰ ਕਲਾਂ ਕਹਿੰਦੇ ਸੀ ਜੀ ਉਹ ਛੋਟਾ ਸੀ ਜੀ ਅਤੇ ਜਿਹੜਾ ਖੁਰਦ ਸੀ ਇਹ ਵੱਡਾ ਸੀ ਅੱਛਾ ਅੱਛਾ ਅਤੇ ਕਿੰਨੀ ਆਬਾਦੀ ਕਿਸ ਤਰ੍ਹਾਂ ਸੀ ਮੁਸਲਮਾਨਾਂ ਦੀ ਅਤੇ ਹਿੰਦੂ ਸਿੱਖਾਂ ਦੀ ਕਿਸ ਕਿੰਨੀ ਕੁ ਸੀ ਹਿੰਦੂਆਂ ਦੀ ਜ਼ਿਆਦਾ ਚੌਥਾ ਹਿੱਸਾ ਸੀ ਚੌਥਾ ਹਿੱਸਾ ਹਿੰਦੂ ਸਨ ਚੌਥਾ ਹਿੱਸਾ ਹਿੰਦੂ ਜੀ ਅਤੇ ਬਾਕੀ ਮੁਸਲਮਾਨ ਬਾਕੀ ਮੁਸਲਮਾਨ ਸੀ ਅਤੇ ਸਿੱਖ ਉਹਦੇ 'ਚ ਗੁੱਜਰ ਜੀ ਅਤੇ ਗੁਦਾਰੇ ਜੀ ਇਹ ਤੇ ਦੋ ਵੱਡੀਆਂ ਕੌਮਾਂ ਸਨ ਅੱਛਾ ਜੀ ਜਿਹੜੇ ਜ਼ਿਮੀਂਦਾਰ ਜ਼ਮੀਨਾਂ ਦੇ ਮਾਲਕ ਅਤੇ ਨੰਬਰਦਾਰ ਦਾ ਕੀ ਨਾਂ ਸੀ ਪਿੰਡ ਦੇ ਨੰਬਰਦਾਰ ਦਾ ਨਾਂ ਸੀ ਮੁਸਲਮਾਨ ਜਿਹੜਾ ਸੀ ਉਹਦਾ ਨਾਂ ਸੀ ਆਲਮਦੀਨ ਆਲਮਦੀਨ ਹਾਂਜੀ ਕਿਹੜੀ ਕੌਮ ਦਾ ਸੀ ਗੁੱਜਰਾਂ ਦਾ ਗੁੱਜਰ ਸੀ ਜੀ ਠੀਕ ਹੈ ਅਤੇ ਜਿਹੜੇ ਗੁਦਾਰੇ ਸਨ ਜੀ ਉਹਨਾਂ ਦਾ ਗੌਰਮੈਂਟ ਵੱਲੇ ਜ਼ਿਆਦਾ ਧਿਆਨ ਸੀ ਉਹ ਫੌਜੀ ਸਨ ਜ਼ਿਆਦਾ ਜੀ ਇੱਕ ਦਾ ਨਾਂ ਗੁਲਾਮ ਮੁਹੰਮਦ ਸੀ ਜੀ ਇੱਕ ਦਾ ਨਾਂ ਉਹ ਸੂਬੇਦਾਰ ਸੀ ਜਿਹੜਾ ਗੁਲਾਮ ਮੁਹੰਮਦ ਸੀ ਅਤੇ ਸਾਡੇ ਉਹਨਾਂ ਨਾਲ ਅੱਛੇ ਮੁਰਾਸਮ ਸਨ ਜੀ ਕਿਉਂਕਿ ਮੇਰਾ ਦਾਦਾ ਜਿਹੜਾ ਸੀ ਨਾ ਹਾਂਜੀ ਉਹ ਇਮਾਮਤ ਕਰਾਉਂਦਾ ਸੀ ਅੱਛਾ ਜੀ ਉੱਥੇ ਇਮਾਮ ਹੁੰਦੇ ਸਨ ਅੱਛਾ ਅਤੇ ਮਸਜਿਦ ਸਾਡੇ ਇੱਕੋ ਹੀ ਸੀ ਠੀਕ ਇਖਤਲਾਫ ਕੋਈ ਨਹੀਂ ਸੀ ਹਾਂਜੀ ਅਤੇ ਕਿੱਥੋਂ ਆਏ ਸੀ ਵੱਡੇ ਉੱਥੇ ਵੱਡੇ ਅਸੀਂ ਪਹਿਲਾਂ ਜ਼ਿਲ੍ਹੇ ਸਾਰ ਦੇ ਹਾਂ ਅੱਛਾ ਕਿਹੜੀ ਜਗ੍ਹਾ ਦੇ ਉਹ ਉਸ ਪਿੰਡ ਦਾ ਨਾਂ ਸੀ ਹੁਣ ਭੁੱਲਿਆ ਖੜਾ ਹੈ ਅੱਛਾ ਅੱਛਾ ਠੀਕ ਹੈ ਉੱਥੋਂ ਉੱਠ ਕੇ ਆਏ ਸੀ ਤੁਹਾਡੇ ਦਾਦੇ ਪਰਦਾਦੇ ਮੈਂ ਦੱਸਣਾ ਤੁਹਾਨੂੰ ਵਣਾਲੀ ਵਣਾਲੀ ਜ਼ਿਲ੍ਹੇ ਸਾਰ 'ਚ ਜ਼ਿਲ੍ਹੇ ਸਾਰ 'ਚ ਵਣਾਲੀ ਫਤਿਹਾਬਾਦ ਤਹਿਸੀਲ ਸੀ ਜੀ ਤਹਿਸੀਲ ਫਤਿਹਾਬਾਦ ਅਤੇ ਬਣਾਲੀ ਅਤੇ ਨਾਲ ਉੱਥੇ ਪਿੰਡ ਸੀ ਹੰਜਰਾ ਜੀ ਅੱਛਾ ਅੱਛਾ ਉੱਥੋਂ ਫਿਰ ਤੁਸੀਂ ਇੱਥੇ ਆ ਗਏ ਮਾਮਲ ਲਈ ਅਤੇ ਜਿਹੜੇ ਸਿੱਖ ਹਿੰਦੂ ਨੰਬਰਦਾਰ ਉਹਨਾਂ 'ਚੋਂ ਵੀ ਕੋਈ ਆਇਆ ਸੀ ਹਾਂ ਉਹਨਾਂ 'ਚ ਕੋਈ ਕੀ ਨਾਂ ਸੀ ਕਿਸ਼ਨ ਸਿੰਘ ਕਿਸ਼ਨ ਸਿੰਘ ਸੀ ਅੱਛਾ ਠੀਕ ਹੈ ਇਹ ਨੰਬਰਦਾਰ ਸੀ ਉਹਨਾਂ ਇਹ ਨੰਬਰਦਾਰ ਵੀ ਸੀ ਅਤੇ ਜ਼ੈਲਦਾਰ ਵੀ ਸੀ ਜੀ ਅਤੇ ਮਿਲਣ ਵਰਤਨ ਕੈਸਾ ਸੀ ਕਿਵੇਂ ਤੁਸੀਂ ਮਿਲਣ ਵਰਤਨ ਸਾਡਾ ਇਹ ਸੀ ਵੀ ਇੱਕ ਦੂਸਰੇ ਨਾਲ ਸੀਏ ਹਾਂਜੀ ਬੜਾ ਔਖਾ ਸੀ ਕੰਮ ਅੱਛਾ ਵੀ ਸਾਨੂੰ ਉਹ ਆਪਦੇ ਚੌਂਤਰੇ 'ਤੇ ਨਹੀਂ ਚੜ੍ਹਨ ਦਿੰਦੇ ਸੀ ਹਿੰਦੂ ਜਿਹੜੇ ਸੀ ਹਿੰਦੂ ਅੱਛਾ ਜੀ ਨਹੀਂ ਪਿੱਟਿਆ ਜਾਊਗਾ ਹਾਂ ਪਿੱਟਿਆ ਜਾਏਗਾ ਠੀਕ ਹਾਂਜੀ ਅਤੇ ਹਾਲਾਂਕਿ ਪ੍ਰੀਤ ਅਸੀਂ ਕਿ ਨਹੀਂ ਹੈ ਉਹ ਤਾਂ ਕੁਰਾਨ ਨੇ ਤਾਂ ਨਿੱਜਸ ਆਖਿਆ ਉਹਨਾਂ ਨੂੰ ਜੀ ਵੀ ਕਾਫਰ ਨੂੰ ਬਸ ਬਹਰਹਾਲ ਆਪਾਂ ਉਹ ਤਾਂ ਮਸਲੇ ਵਾਲੀ ਗੱਲ ਹੈ ਹਾਂਜੀ ਆਪਾਂ ਹੁਣ ਦੱਸਣਾ ਨਾ ਅਗਲੀਆਂ ਨਸਲਾਂ ਨੂੰ ਸਿਰਫ ਇਹ ਹੈ ਵੀ ਕਿਹੜੀਆਂ ਚੀਜ਼ਾਂ ਵਰਤਨੇ ਸੀ ਜੀ ਜੀ ਕਿਹੜੀਆਂ ਚੀਜ਼ਾਂ ਪਿਆਰ ਪਾਉਂਦੀਆਂ ਨੇ ਇੱਕ ਦੂਸਰੇ 'ਚ ਅਤੇ ਕਿਹੜੀਆਂ ਚੀਜ਼ਾਂ ਨਫ਼ਰਤ ਪਾਉਂਦੀਆਂ ਆਪਾਂ ਹੁਣ ਆਪਣੀ ਅਗਲੀ ਨਸਲ ਨੂੰ ਸਾਰੀ ਗੱਲ ਹੀ ਦੱਸਣੀ ਬਿਲਕੁਲ ਜਿਵੇਂ ਹੈ ਉਵੇਂ ਠੀਕ ਹੈ ਹਾਂਜੀ ਇਮਾਨਦਾਰੀ ਨਾਲ ਬਿਲਕੁਲ ਅਤੇ ਆਪਣਾ ਉੱਥੇ ਤੁਹਾਡੇ ਕੋਈ ਯਾਰ ਬੇਲੀ ਵੀ ਸੀ ਆਂਢੀ ਗੁਆਂਢੀ ਜਿਹੜੇ ਉਹਨਾਂ ਦੇ ਕਿਸੇ ਦਾ ਨਾਮ ਸਾਡਾ ਗੁਆਂਢੀ ਇੱਕ ਸਿੱਖ ਹੈਗਾ ਸੀ ਉਹਦਾ ਨਾਂ ਸੀ ਭਗਤ ਰਾਮ ਅੱਛਾ ਜੀ ਅਤੇ ਉਹਦੀ ਬੁੜੀ ਦਾ ਨਾਂ ਸੀ ਧਨ ਕੌਰ ਧਨ ਕੌਰ ਧਨ ਕੌਰ ਠੀਕ ਠੀਕ ਅਸਲ ਨਾਂ ਤਾਂ ਸੀ ਨਾ ਧਨ ਕੌਰ ਜੀ ਪਰ ਉਹ ਫਿਰ ਪੰਜਾਬੀ ਦੇ ਹਿਸਾਬ ਨਾਲ ਧਨ ਕੌਰ ਹਾਂਜੀ ਸਹੀ ਅਤੇ ਉਹ ਬੰਦੇ ਦਾ ਨਾਂ ਸੀ ਭਗਤ ਰਾਮ ਜੀ ਅਤੇ ਉਹਦੇ ਬੇਟਾ ਸੀ ਵੈਸੇ ਸਾਡੇ ਨਾਲ ਉਹਨਾਂ ਦਾ ਸਲੋਕ ਹੋਰ ਸੀ ਅੱਛਾ ਅੱਛਾ ਸਲੋਕ ਸੀ ਚੱਕ ਅੱਛਾ ਸਲੋਕ ਸੀ ਜੀ ਬੇਟੇ ਬੇਟੇ ਦਾ ਕੀ ਨਾਂ ਸੀ ਜੀ ਜਰਨੈਲ ਸਿੰਘ ਅੱਛਾ ਜੀ ਠੀਕ ਹੈ ਅਤੇ ਪੂਰਾ ਟੱਬਰ ਹੀ ਜਿਹੜਾ ਨਾ ਸਿੱਖ ਸੀ ਅੱਛਾ ਅਤੇ ਇਹ ਜਦੋਂ ਰੌਲਾ ਪਿਆ 47 ਵਾਲਾ ਜਦੋਂ ਵੰਡ ਪਈ ਉਦੋਂ ਕੀ ਮਾਹੌਲ ਸੀ ਕਿਵੇਂ ਤੁਹਾਨੂੰ ਪਤਾ ਲੱਗਾ ਵੀ ਹੁਣ ਸਾਡੇ ਇੱਥੇ ਨਹੀਂ ਰਹਿ ਉਹ ਅਸਲ 'ਚ ਨਾ ਮੇਰੀ ਵਾਲ ਦਾ ਅਤੇ ਉਹ ਧਨ ਕੌਰ ਜਿਹੜੀ ਸੀ ਨਾ ਜੀ ਇਹ ਪਿੰਡ ਸੀ ਜਿਹੜਾ ਚਨਹੀਰ ਜੀ ਜੀ ਉੱਥੋਂ ਦੀ ਸੀ ਹਾਂਜੀ ਅੱਛਾ ਅਤੇ ਮੇਰੀ ਵਾਲ ਦਾ ਜਿਹੜੀ ਸੀ ਉਹ ਵੀਰੇ ਵਾਲਾ ਪਿੰਡ ਸੀ ਅੱਛਾ ਉੱਥੋਂ ਦੀ ਸੀ ਦੋਵਾਂ ਦੇ ਪੇਕੇ ਇੱਕ ਥਾਂ ਦੇ ਸੀ ਦੋਵਾਂ ਦੇ ਪੇਕੇ ਉਹ 5-4 ਮੀਲ ਦਾ ਫਾਸਲਾ ਸੀ ਪਰ ਉਹ ਲੋਕ ਨਾ ਉਦੋਂ ਇਹ ਹੁੰਦਾ ਸੀ ਵੀ ਲੋਕਾਂ ਦਾ ਪਿਆਰ ਮੁਹੱਬਤ ਬੜਾ ਸੀ ਜੀ ਉਹ ਅਜੇ ਵੀ ਆਖਦੇ ਸੀ ਲੈ ਅਸੀਂ ਤਾਂ ਇੱਕੇ ਪਿੰਡ ਦੀਆਂ ਇੱਕੇ ਇਲਾਕੇ ਦੀਆਂ ਉਹ ਸਾਨੂੰ ਉਹਨਾਂ ਨੇ ਆਖਿਆ ਸੀ ਵੀ ਅਸੀਂ ਤੁਹਾਨੂੰ ਜਾਣ ਨਹੀਂ ਦੇਣਾ ਅੱਛਾ ਜੀ ਇੱਥੇ ਰੱਖਣਾ
ਮੇਰੀ ਮਾਂ ਅਤੇ ਉਹ ਦੋਨੋਂ ਭੈਣਾਂ ਬਣੀਆਂ ਹੋਈਆਂ ਸੀ ਜੀ। ਅਤੇ ਉਹਨੇ ਆਖਿਆ ਵੀ ਇੱਥੇ ਤੁਸੀਂ ਸਾਡੇ ਸਮਾਨ ਸਮੂਨ ਜਿਹੜੇ ਨੇ ਉਹ ਇੱਧਰ ਸਾਡੇ ਘਰ ਰੱਖ ਲਓ ਜੀ, ਅਤੇ ਜੇ ਕੋਈ ਹਬੜਾ ਦਬੜੀ ਹੋਈ ਤਾਂ ਸਾਡੇ ਘਰ ਆ ਜਾਇਆ ਜੀ। ਹਾਂਜੀ। ਤੋ ਫਿਰ ਸਾਨੂੰ ਇਹ ਤਾਂ ਮੌਕਾ ਹੀ ਨਾ ਮਿਲਿਆ। ਅੱਛਾ ਜੀ। ਉਹਦਾ ਭਰਾ ਆਇਆ ਕੋਈ ਅਸਰ ਕ ਦੇ ਟਾਈਮ। ਅੱਛਾ ਜੀ। ਉਹਨੇ ਆਖਿਆ ਚਰਨ ਕੌਰ ਆਹ ਜਿਹੜੇ ਭੈਣ ਸੈਰਾਂ ਤੇਰੇ ਕੋਲ ਆਉਂਦੀ ਹੁੰਦੀ ਹੈ। ਅੱਛਾ ਜੀ। ਤੁਹਾਡੀ ਵਾਲਦਾ ਦਾ ਨਾਂ ਲਿਆ? ਹਾਂ, ਮੇਰੀ ਵਾਲਦਾ ਦਾ ਨਾਂ ਸੈਰਾਂ ਸੀ ਜੀ। ਅਤੇ ਤੁਹਾਨੂੰ ਵਾਹਵਾ ਮੈਂ ਵੇਖਿਆ ਵੀ ਘੁੰਮਣੀਆਂ 'ਤੇ ਬੈਠਿਆਂ ਅਤੇ ਗੱਲਾਂ ਬਾਤਾਂ ਕਰਦਿਆਂ ਆਇਆ ਤੇ ਤੇਰੀ ਭੈਣ ਬਣੀ ਸੁਣਿਆ ਅਤੇ ਤੂੰ ਉਹਨਾਂ ਨਾਲ ਕੀ ਵਾਅਦਾ ਵਾਅਦ ਕੀਤਾ ਜੀ? ਉਹਨੇ ਆਖਿਆ ਵੀ ਮੈਂ ਉਹਨਾਂ ਨਾਲ ਆਖਿਆ ਵੀ ਮੈਂ ਤੁਹਾਨੂੰ ਲੁਕੋ ਕੇ ਰੱਖਾਂਗੇ ਭਾਵੇਂ ਜਿਵੇਂ ਮਰਜ਼ੀ ਹੋਇਆ ਜੀ। ਉਹਨੇ ਆਖਿਆ ਵੀ ਚੰਗਾ ਅਤੇ ਫਿਰ ਮੇਰੇ ਕੋਲ ਸੁਣ ਲੈ ਜੀ। ਉਹ ਤੇਰੇ ਘਰ ਨੂੰ ਵੀ ਉਹਨਾਂ ਜੇ ਪਤਾ ਲੱਗ ਗਿਆ ਨਾ ਵੀ ਤੇਰੇ ਘਰ ਬੰਦੇ ਮੁਸਲਮਾਨ ਲੁਕੇ ਹੋਏ ਨਾ ਜੀ ਜੀ, ਅਤੇ ਤੇਰੇ ਘਰ ਨੂੰ ਵੀ ਉਹਨਾਂ ਨੇ ਉਲਟ ਭੇਜਿਆ ਵੀ ਤੂੰ ਉਹਨੂੰ ਨਾ ਆਖ ਵੀ ਤੁਸੀਂ ਨਿਕਲ ਜਾਓ। ਅੱਛਾ ਜੀ। ਸਵੇਰੇ ਇੱਥੇ ਅਟੈਕ ਹੋਣਾ। ਅੱਛਾ, ਹਮਲਾ ਹੋਣਾ। ਇਸ ਵਾਸਤੇ ਆਈ ਹਾਂ ਦੱਸਣ ਤੈਨੂੰ ਵੀ ਇੱਥੇ ਨਾ ਸਵੇਰੇ ਹੱਲਾ ਗੁੱਲਾ ਪੈਣਾ ਜੀ, ਅਤੇ ਉਹ ਨਾ ਹੋਰ ਵੀ ਤੇਰੇ ਇਹਨਾਂ ਨੂੰ ਅਤੇ ਗਰੀਬੀਆਂ ਨੂੰ ਐਵੇਂ ਬਹਾਨੇ ਨਾਲ ਤੂੰ ਤੇਰੇ ਸਿਰ ਪੈ ਜਾਣ। ਸਹੀ ਹੈ। ਅਤੇ ਤੂੰ ਉਹਨਾਂ ਨੂੰ ਨਾ ਇਤਲਾਹ ਦੇ ਦੇ ਵੀ ਉਹ ਨਿਕਲ ਜਾਣ। ਅੱਛਾ ਜੀ। ਉਹਨਾਂ ਨੇ ਫਿਰ ਤੁਹਾਨੂੰ ਇਤਲਾਹ ਦਿੱਤੀ? ਉਹ ਫਿਰ ਮਾਈ ਨਾਲੇ ਰੋਂਦੀ ਆਵੇ ਜੀ, ਅਤੇ ਨਾਲੇ ਸਾਡੇ 'ਚ ਕਰਕੇ ਆ ਕੇ ਆਖਣ ਲੱਗੀ ਭੈਣ ਸੈਰਾਂ ਮੈਂ ਤਾਂ ਤੈਨੂੰ ਇੱਕ ਬੜੀ ਗੰਦੀ ਖਬਰ ਲੈ ਕੇ ਆਈ ਹਾਂ ਜੀ ਕਿ ਤੁਸੀਂ ਅੱਜ ਨਾ 12 ਵਜੇ ਤੋਂ ਪਹਿਲਾਂ ਪਹਿਲਾਂ ਰਾਤ ਦੇ 12 ਵਜੇ ਤੋਂ ਪਹਿਲਾਂ ਪਹਿਲਾਂ ਨਿਕਲ ਜਾਓ। ਅੱਛਾ ਜੀ। ਕੋਈ ਟਿਕਾਣਾ ਆਪਦਾ ਅੱਛਾ ਬਣਾ ਲਓ, ਇੱਥੇ ਤੁਸੀਂ ਜਾਣਾ ਜੀ। ਇੱਥੇ ਇਹਨਾਂ ਨੇ ਮੇਰਾ ਭਰਾ ਆਇਆ ਅਤੇ ਉਹਨੇ ਮੈਨੂੰ ਆਖਿਆ ਸਵੇਰੇ ਅਟੈਕ ਹੋਣਾ। ਅੱਛਾ। ਅਤੇ ਮੈਂ ਤੈਨੂੰ ਦੱਸਣ ਆਈ ਹਾਂ। ਫਿਰ ਮੇਰੀ ਅੰਮੀ ਨੇ ਸਾਰੇ ਵਿਹੜੇ 'ਚ ਸਾਡੇ ਸਾਰਿਆਂ ਨੂੰ ਇਤਲਾਹ ਦੇ ਦਿੱਤੀ ਵੀ ਆਪਾਂ ਅੱਜ ਰਾਤ ਨੂੰ ਨਿਕਲ ਚੱਲੋ। ਅੱਛਾ। ਉਹ ਬੰਦੇ ਆਖਣ ਲੱਗੇ ਵੀ ਪਿੰਡ ਤਾਂ ਸਾਰਾ ਬੈਠਾ ਹੈ ਜੀ ਜੀ, ਅਤੇ ਮਗਰਬ ਦੀ ਨਮਾਜ਼ ਤੋਂ ਬਾਅਦ ਜੇ ਪਤਾ ਲੱਗਿਆ ਨਾ ਵੀ ਪਿੰਡ ਤਾਂ ਵਿਹਲਾ ਹੋ ਗਿਆ ਅੱਧਾ। ਅੱਛਾ। ਲੋਕ ਆਪਣੇ ਆਪ ਹੀ ਨਿਕਲਣ ਲੱਗ ਪਏ? ਆਪਣੇ ਆਪ ਹੀ ਨਿਕਲ ਗਏ। ਅਤੇ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਉਹਨੂੰ ਆਸੇ ਪਾਸੇ ਹੋ, ਅਤੇ ਅਸੀਂ ਵੀ ਨਿਕਲਣਾ ਸ਼ੁਰੂ ਕਰਤਾ ਅਤੇ ਉਹਨਾਂ ਨੇ ਆਖਿਆ ਵੀ ਅਸੀਂ ਪਾਈ ਜਾਂਦੇ ਹਾਂ ਹੁਣ ਜੀ। ਅਤੇ ਉਹ ਚਰਨ ਕੌਰ ਜਿਹੜੀ ਸੀ ਨਾ ਉਹਨੇ ਕਿਹਾ ਮੇਰੀ ਮਾਂ ਨੂੰ ਜੀ ਵੀ ਸਾਡਾ ਉੱਠ ਲੈ ਲਓ। ਅੱਛਾ। ਤਾਂ ਇੱਥੋਂ ਟੁਰਿਆ ਨਹੀਂ ਜਾਂਦਾ। ਅਤੇ ਮੇਰੀ ਮਾਂ ਨੇ ਆਖਿਆ ਅਸੀਂ ਉੱਠ ਸਾਂਭੂ ਕੌਣ ਜੀ, ਮੇਰੇ ਜਵਾਬ ਤਾਂ ਛੋਟੇ ਨੇ ਜੀ, ਅਤੇ ਮੀਆਂ ਘਰ ਹੈ ਨਹੀਂ ਜੀ, ਉਹ ਤਾਂ ਗਿਆ ਹੈ ਤੁਹਾਡੇ ਵਾਲ ਸਾਹਿਬ ਬਾਹਰ ਕਿਤੇ ਹੋਰ ਪੈ ਗਿਆ। ਸਹੀ। ਯਾਨੀ ਉਹ ਗਏ ਸਨ ਜਿੱਥੇ ਮੇਰੀ ਮੰਗਣੀ ਹੋਈ ਸੀ। ਠੀਕ ਹੋ ਗਿਆ। ਤੇ ਅਬਰ ਨਿਕਲੇ, ਉਹ ਦੱਸੋ ਤੁਸੀਂ ਨਿਕਲੇ ਫਿਰ? ਹਾਂ, ਅਸੀਂ ਫਿਰ ਰਾਤ ਨੂੰ ਨਿਕਲੇ। ਅੱਛਾ ਜੀ। ਅਤੇ ਉਹਨੇ ਆਖਿਆ ਵੀ ਚੰਗਾ ਮੇਰਾ ਪੁੱਤ ਇੱਕ ਨਾਲ ਲੈ ਜਾਓ, ਨਾਲੀ 'ਚ ਤੁਹਾਨੂੰ ਲੰਘਣਾ ਸੌਖਾ ਹੋ ਜਾਏਗਾ। ਅੱਛਾ। ਇੱਕ ਮੇਰੇ ਤਾਏ ਦਾ ਪੁੱਤ ਸੀ ਅਤੇ ਇੱਕ ਉਹਦਾ ਪੁੱਤ ਜੀ, ਉਹ ਦੋਵੇਂ ਜਰਨੈਲ ਸਿੰਘ ਅਤੇ ਇਲਮਦੀਨ, ਉਹਨਾਂ ਦੋਵਾਂ ਨੇ ਫਿਰ ਉਹ ਅਸੀਂ ਦਰਿਆ ਸੀ ਛੋਟਾ ਘੱਗਰ ਦਰਿਆ ਕਹਿੰਦੇ ਉਹਨੂੰ, ਘੱਗਰ ਦਰਿਆ। ਹਾਂ, ਇਹਨਾਂ 'ਚ ਕਾਗਜ਼ਾਂ 'ਚ ਅਤੇ ਉੱਦਾਂ ਨਾਲੀ ਸੀ, ਨਾਲੀ ਕਹਿੰਦੇ, ਨਾਲੀ ਕਹਿੰਦੇ ਸੀ। ਠੀਕ। ਉਹ ਨਾਲੀਓ ਪਾਰ ਅਸੀਂ ਜਾਣਾ ਸੀ ਜੀ, ਅਤੇ ਉਹ ਪਾਣੀ ਦੀ ਭਰੀ ਸੀ, ਉਹ ਫਿਰ ਸਾਨੂੰ ਨਾ ਗੁੜ ਵਾਲੇ ਕੜਾਹੇ ਜਿਹੜੇ ਨਾ ਜੀ, ਜਾਂ ਉਹਦੇ ਕੜਾਹਿਆਂ 'ਚ ਚੌਲ ਪੱਕਦੇ ਹੁੰਦੇ ਸੀ, ਹੁਣ ਤਾਂ ਦੇਗਾਂ 'ਚ ਪੱਕਦੇ ਨਾ, ਉਹ ਤੋਂ ਕੜਾਹਿਆਂ 'ਚ ਪੱਕਦੇ ਸੀ। ਸਹੀ। ਅਤੇ ਉਹਨਾਂ ਦੇ ਵਿੱਚੋਂ ਕੜਾਹਿਆ ਇੱਕ ਪਿਆ ਸੀ ਉੱਥੇ ਜੀ, ਲੰਘਣ ਟੱਪਣ ਵਾਸਤੇ ਬੰਦਿਆਂ ਵਾਸਤੇ। ਅੱਛਾ। ਕੜਾਹਿਆ ਬੇੜੀ ਦੇ ਤੌਰ 'ਤੇ? ਹਾਂ, ਬੇੜੀ ਦੇ ਤੌਰ 'ਤੇ ਉਹਨਾਂ ਕੜਾਹੇ ਦੇ ਵਿੱਚ ਤਿੰਨ ਚਾਰ ਬੰਦੇ ਪਾ ਕੇ, ਜੋ ਵਾਰੀ ਵਾਰੀ ਸਾਡੇ 50 ਅਸੀਂ ਜੀਏ ਗਏ ਸੀ ਸਾਰੇ। ਅੱਛਾ। ਤੁਹਾਡੇ ਟੱਬਰ ਦੇ ਜਿਹੜੇ ਉਸ ਸਾਡੇ ਫੇਰ ਦੇ ਆਪਦੇ ਕੁਨਬੇ ਦੇ ਜੀ, ਅਤੇ ਉਹ ਸਾਰਿਆਂ ਨੂੰ ਉਹਨਾਂ ਨੇ ਨਾ ਪਾਰ ਟਪਾਇਆ। ਅੱਗੇ ਠੂਸ ਮੰਡੀ ਸੀ ਪਿੰਡ, ਉੱਥੋਂ ਤੁਰੇ ਸੀ ਅਸੀਂ ਅੱਗੇ, ਹਾਸਪੋਰਟ ਪਿੰਡ ਸੀ, ਉੱਥੇ ਚਲੇ ਗਏ। ਅੱਛਾ ਜੀ। ਅਤੇ ਵਾਲਦ ਸਾਹਿਬ ਉੱਥੇ ਮੇਰੀ ਮਾਸੀ ਕੋਲ ਗਏ ਸਨ ਜਿੱਥੇ ਮੇਰੀ ਮੰਗਣੀ ਹੋਈ ਸੀ ਜੀ।
ਉਹਨੂੰ ਉੱਥੇ ਰੌਲਾ ਪੈ ਗਿਆ। ਹੁਣ ਹਿੰਦੂਆਂ ਨੂੰ ਉਹਦੇ ਚਾਂਦੀ ਦੇ ਰੁਪਈਏ ਸਨ ਜੀ, ਅਤੇ ਮੇਰਾ ਖਿਆਲ 1100-1200 ਰੁਪਈਆ ਲੈ ਗਿਆ ਸੀ। ਅੱਛਾ, ਨਾਲ ਵੀ ਮੈਂ ਉੱਥੇ ਟੂਪਾ ਟਾਂਬਾ ਬਣਵਾਵਾਂਗੇ ਜੀ। ਅਤੇ ਉਹ ਫਿਰ ਉਹਨਾਂ ਨੂੰ ਹਿੰਦੂਆਂ ਨੂੰ ਦੇ ਦੂ ਕੇ ਨਾ। ਅੱਛਾ, ਆਇਆ। ਅੱਛਾ, ਡਰ ਲੱਗਦਾ ਜੀ, ਅਗਰ ਮੁਸਲਮਾਨ ਜੇ ਸਾਨੂੰ ਕੁਛ ਮਾਰ ਦਿੱਤਾ ਤਾਂ ਅਸੀਂ ਕਰਾਂਗੇ, ਤੁਸੀਂ ਜਾਓ। ਉਹ ਵਾਲ ਸਾਹਿਬ ਫਿਰ ਖੀਰ ਉੱਥੇ ਹੈਗਾ, ਮੇਰੀ ਭੂਆ ਸੀ ਪਿੰਡ ਦੇ ਵਿੱਚ, ਲਾਲਵਾਸ ਸੀ ਉਸ ਪਿੰਡ ਦਾ ਨਾਂ ਜੀ। ਉੱਥੇ ਆਏ ਅਤੇ ਅੱਗੋਂ ਉਹ ਵੀ ਘਰ ਹੈਨੀ ਸੀ, ਉਹ ਵੀ ਨਿਕਲ ਗਏ। ਅੱਛਾ, ਉਹ ਪਹਿਲੇ ਨਿਕਲ ਗਏ ਤੁਹਾਡੇ ਜੀ ਜੀ। ਫਿਰ ਵਾਲਦ ਸਾਹਿਬ ਜਿਹੜੇ ਨੇ ਜਿਸ ਪਿੰਡ 'ਚ ਅਸੀਂ ਬੈਠੇ ਸਾਂ ਜਾ ਕੇ, ਹਾਂਜੀ, ਉੱਥੇ ਪਹੁੰਚੇ ਜੀ। ਅਤੇ ਅਸੀਂ ਉਹਨਾਂ ਤੋਂ ਪਹਿਲਾਂ ਜਿਹੜੇ ਨਾ ਕੱਪੜੇ ਲੈਣ ਵਾਸਤੇ, ਮੇਰੀ ਮਾਂ ਨੇ ਬੋਰੀ ਇੱਕ ਕੱਪੜਿਆਂ ਦੀ ਸੀ ਸਾਡੀ, ਅੱਛਾ, ਜਿਹੜੀ ਉੱਥੇ ਪੈਥੂ ਲਿਆਂਦੀ ਚੁੱਕ ਕੇ ਜੀ। ਉਹ ਮੇਰਾ ਨਾਨਾ ਸੀ, ਮੇਰੀ ਮਾਂ ਦਾ ਚਾਚਾ ਲੱਗਦਾ ਸੀ ਜੀ, ਉਹ ਲੈ ਗਿਆ ਸੀ ਇੱਕ ਹੋਰ ਪਿੰਡ ਦੇ ਵਿੱਚ ਨਾਗਪੁਰ। ਉੱਥੋਂ ਦਾ ਰੁਪਈਆ ਬੜਾ ਮਸ਼ਹੂਰ ਸੀ ਜੀ, ਜਾਲੀ। ਅੱਛਾ, ਨਾਗਪੁਰ ਦਾ ਹੈ, ਨਾਗਪੁਰ ਦਾ, ਨਾਗਪੁਰ ਜਾਲੀ ਰੁਪਈਆ, ਜਾਲੀ ਰੁਪਈਆ ਬੜਾ ਮਸ਼ਹੂਰ ਸੀ। ਅੱਛਾ, ਨਾਗਪੁਰ, ਨਾਗਪੁਰ ਸੀ ਪਿੰਡ ਦਾ ਨਾਂ। ਠੀਕ ਠੀਕ, ਬੜੇ ਲੋਕ ਰੁਪਈਆ ਬਣਾਉਂਦੇ ਜੀ, ਛੋਟਾ ਜਿਹਾ ਪਿੰਡ ਸੀ ਹਾਂਜੀ। ਇਹ ਬਸ ਅੱਛਾ, ਉੱਥੋਂ ਫਿਰ ਤੁਸੀਂ ਉਹ ਉੱਥੋਂ ਕੱਪੜੇ ਲੈ ਕੇ ਆਏ, ਬੋਰੀ ਚੱਕ ਕੇ, ਅਤੇ ਅਸੀਂ ਉਸ ਪਿੰਡ ਆਏ ਜਿੱਥੇ ਬੈਠੇ ਸੀ ਜੀ। ਅੱਗੋਂ ਉਹ ਪਿੰਡ ਵੀ ਨਿਕਲ ਗਿਆ। ਅੱਛਾ, ਜਿੱਥੇ ਯਾਨੀ ਕਿ ਜਿੱਥੇ ਤੁਸੀਂ ਅੱਗੇ ਫਿਰ ਆਪਣਾ ਪਿੱਛੇ ਸਮਾਨ ਲੈਣ ਚਲੇ ਗਏ, ਅਸੀਂ ਵਾਪਸ ਆ ਕੇ ਵਾਲਾ ਸਾਹਿਬ ਜਿੱਥੇ ਆ ਗਏ ਸਨ, ਉਹ ਵੀ ਮੁਸਲਮਾਨਾਂ ਦਾ ਪਿੰਡ ਸੀ, ਉਹ ਮੁਸਲਮਾਨਾਂ ਪਿੰਡ ਸੀ, ਉਹ ਵੀ ਨਿਕਲ ਗਿਆ, ਉਹ ਵੀ ਖਾਲੀ ਹੋ ਗਿਆ। ਅੱਛਾ, ਉਹ ਇਲਾਕਾ ਸਾਰਾ ਹੀ ਵਿਹਲਾ ਹੋ ਗਿਆ, ਅਤੇ ਉਹ ਦੁਨੀਆ ਟੁਰੀ ਜਾਵੇ, ਅਸੀਂ ਵੀ ਨਾਲ ਰਲ ਕੇ ਜੀ। ਉਹ ਘਰ ਵੇਖਿਆ ਅਤੇ ਕੁਛ ਵੀ ਨਾ, ਜਾਨਵਰ ਖੜ੍ਹੇ ਬਸ। ਅੱਛਾ, ਡੰਗਰ ਮਾਲ, ਜਿਹੜੇ ਡੰਗਰ ਮਾਲ ਸੀ ਸਾਡਾ ਵੀ, ਹਾਂ, ਇੱਕ ਬੜਕਾ ਸੀ, ਬਲਦ ਸੀ ਸਾਡਾ, ਬੈੜਕਾ ਸੀ ਇੱਕ, ਇੱਕ ਬੱਕਰਾ ਸੀ ਕੁਰਬਾਨੀ ਵਾਲਾ। ਉਹ ਫਿਰ ਉੱਥੇ ਉਵੇਂ ਹੀ ਰਸਤਾ, ਕੁਛ ਵੀ ਨਹੀਂ ਦੇਖਿਆ ਪਿਛਾਂ, ਡਰ ਗਏ ਸੱਚੀ ਗੱਲ। ਉਹ ਛੋਟੇ ਛੋਟੇ 15-16 ਸਾਲ ਉਮਰ ਸੀ ਬਸ, ਉਵੇਂ ਫਿਰ ਮਸ਼ਹੂਰ ਹੀ ਕੋਈ ਬੰਦਾ ਮਸ਼ਹੂਰ ਜਿਹੜਾ, ਉਹਦਾ ਨਾਂ ਲੈ ਕੇ ਅਸੀਂ, ਮੇਰਾ ਤਾਇਆ ਆਮ ਮਸ਼ਹੂਰ ਸੀ ਜੀ, ਅਤੇ ਉਹਦਾ ਨਾਂ ਲੈਂਦੇ ਸੀ ਵੀ ਉਹ ਕਿੱਧਰ ਨੂੰ ਗਏ ਨੇ, ਜਦੋਂ ਪਤਾ ਹੋਵੇ ਕਿਸੇ ਨੂੰ ਜੀ। ਇੱਕ ਬੰਦੇ ਨੇ ਆਖਿਆ ਇਸ ਰਾਹ ਜਾਂਦੇ ਪਏ ਸੀ ਜੀ ਜੀ, ਅਸੀਂ ਉਸ ਰਾਹ 'ਤੇ ਤੁਰ ਪਏ, ਅੱਗੇ ਉਹ ਪਿੰਡ ਆ ਗਿਆ ਥੇੜੀ, ਉਸ ਪਿੰਡ ਦਾ ਨਾਂ ਸੀ। ਅੱਛਾ, ਅੱਗੇ ਫਿਰ ਥੇੜੀ ਪਿੰਡ ਪਹੁੰਚ, ਥੇੜੀ ਜੀ। ਉਧਰੋਂ ਅਸੀਂ ਮਗਰਬ ਦੀ ਨਮਾਜ਼ ਪੜ੍ਹੀ ਗਈ ਜੀ, ਜੇ ਅਸੀਂ ਪਹੁੰਚੇ ਉੱਥੇ ਜੀ ਸ਼ਾਮ ਵੇਲੇ, ਸ਼ਾਮ ਵੇਲੇ ਉਦੋਂ ਹਨੇਰੀ ਆ ਗਈ, ਉੱਧਰੋਂ ਅਸੀਂ ਘਰਦਿਆਂ ਨਾਲ ਮਿਲ ਗਏ। ਅੱਛਾ, ਅਤੇ ਫਿਰ ਉੱਥੋਂ ਨਿਕਲੇ ਕੋਈ 12 ਵਜੇ, ਹਨੇਰੀ ਬੰਦ ਹੋਈ ਜੀ, ਅਤੇ ਉੱਥੋਂ ਆਖਿਆ ਵੀ ਇੱਥੇ ਨਹੀਂ, ਚਲੋ ਅੱਗੇ। ਅੱਛਾ, ਅੱਗੇ ਫਿਰ ਅਸੀਂ ਅਲੀ ਕੇ ਅੱਗੇ ਜਾਣਾ ਸੀ ਜੀ, ਅਲੀ ਕੇ ਪਿੰਡ ਸੀ ਇੱਕ, ਠੀਕ, ਉੱਥੇ ਜਾਣਾ ਸੀ। ਉੱਥੋਂ ਫਿਰ ਅਸੀਂ ਰਾਹ ਦੇ ਵਿੱਚ ਇੱਕ ਵੱਡਾ ਝੰਡਾ ਸੀ ਉੱਥੇ, ਉੱਧਰ ਨੂੰ ਹੋਏ ਤਾਂ ਉਹਨਾਂ ਆਖਿਆ ਉੱਥੇ ਤਾਂ ਸਿੱਖ ਵੱਢੀ ਕੱਟੀ ਜਾਂਦੇ ਨੇ ਬੰਦਿਆਂ ਨੂੰ, ਉੱਥੇ ਹਮਲਾ ਹੋ ਗਿਆ ਸੀ ਵੱਡੇ ਝੰਡੇ, ਹਮਲਾ ਹੋ ਗਿਆ। ਉੱਥੋਂ ਅਸੀਂ ਪੜਿਆੜੀ ਪਿੰਡ ਸੀ ਜੀ, ਉੱਥੇ ਕਬਰਸਤਾਨ 'ਚ ਦੁਪਹਿਰ ਦੀ ਰੋਟੀ ਪਕਾਈ ਖਾਧੀ। ਅੱਛਾ, ਅਤੇ ਫਿਰ ਉੱਥੋਂ ਨਿਕਲੇ ਤੇ। ਅੱਛਾ, ਉੱਥੇ ਬੰਦੇ ਤੁਸੀਂ ਵੇਖੇ ਕੋਈ? ਬੰਦੇ ਅਸੀਂ ਵੇਖੇ 2 ਬੰਦਿਆਂ ਦੇ ਹੱਥ ਕੱਟੇ ਹੋਏ। ਅੱਛਾ, ਜਿਹੜੇ ਉਹ ਭੱਜ ਕੇ ਉੱਧਰੋਂ ਆਏ, ਉੱਥੋਂ ਭੱਜ ਕੇ ਆਏ ਵਿਚਾਰੇ। ਅਤੇ ਫਿਰ ਅਸੀਂ ਆ ਗਏ ਅਲੀ ਕੇ, ਉਹ ਸਾਨੂੰ ਪਿੰਡ 'ਚ ਨਾ ਵੜਨ ਦੇਣ, ਕਸਮਾਂ ਦਿਓ ਤੁਸੀਂ ਸਾਥੋਂ ਪਹਿਲਾਂ ਨਹੀਂ ਨਿਕਲਦੇ। ਅਸੀਂ ਆਖਿਆ ਅਸੀਂ ਤੁਹਾਡੇ ਨਾਲ ਹੀ ਮਰਾਂਗੇ ਅਤੇ ਨਾਲ ਹੀ ਜੀਵਾਂਗੇ। ਠੀਕ ਹੈ, ਖੈਰ ਉਹਨਾਂ ਨੇ ਸਾਨੂੰ ਫਿਰ ਇਜਾਜ਼ਤ ਦਿੱਤੀ, ਪਿੰਡ 'ਚ ਵੱਗ ਗਏ। ਹਲੇ ਰੋਟੀ ਖਾ ਕੇ ਥੁੱਤੇ ਹੀ ਹਾਂ, ਜ਼ਮੀਨ 'ਤੇ ਭਾਵਾਂ ਕਿਤੇ ਕੱਪੜੇ ਸੁੱਟ ਕੇ ਲੰਮੇ ਪੈ ਜਾਂਦੇ ਸੀ ਜੀ। ਬਸ ਉਹ ਮੇਰੀ ਅੰਮੀ ਉੱਠੀ ਅਤੇ ਉਹਨਾਂ ਨੇ ਆਖਿਆ ਤੁਸੀਂ ਸਾਰੇ ਸੁੱਤੇ ਪਏ, ਪਿੰਡ ਦਾ ਸਾਰਾ ਨਿਕਲ ਗਿਆ। ਅੱਛਾ, ਸਾਨੂੰ ਪਤਾ ਹੀ ਨਹੀਂ ਲੱਗਿਆ। ਅੱਛਾ, ਉਹ ਵੀ ਨਿਕਲ ਗਿਆ ਅਲੀ ਕੇ ਵੀ ਪਿੰਡ, ਉਹ ਵੀ ਅਲੀ ਕੇ ਪਿੰਡ ਨਿਕਲ ਗਿਆ। ਉੱਥੋਂ ਨਿਕਲੇ ਅਤੇ ਫਿਰ ਅਸੀਂ ਅੱਗੇ ਇੱਕ ਹੋਰ ਪਿੰਡ ਹੈਗਾ ਸੀ ਨਾਲੀ ਦੇ ਕੰਢੇ 'ਤੇ ਜੀ, ਉਸ ਪਿੰਡ ਦਾ ਨਾਂ ਹੁਣ ਮੈਨੂੰ ਭੁੱਲਿਆ ਜੀ। ਪਰ ਫਿਰ ਅਸੀਂ ਉੱਥੇ ਸ਼ੋਭਾ ਹੋ ਗਈ ਜੀ ਜੀ,
सुबह असी भुख लगी खाइए पीए की जी। वो फिर उस पिंड चो दाने लाए थोड़े जे। अच्छा जी। ते उन्हां दा दलिया बनाया। अच्छा। ते साडे कोल भांडा कोई ना। अच्छा, पकाउण लई। पकाउण वास्ते वो एक घर को बठल हैगा सी जी, उन्होंने उसके दाने दूने भुने सन, वो लिया असी ते उहदे नाल दलिया पकाया ते काला चाह हो गया। अच्छा। मूंह तां चक के खाधा, भुख मरद ने उही काला खा लिया। डर भुख लगी उतों चल पे अगे। उस दिन कुछ तकरीबन 10-12 मील सफर किया। अच्छा। उतों अगे राणिया पिंड सी, ठीक, उत्थे असी आ गए। रस्ते दे विच एक भूर कौम सी, भूर, ठीक, उन्हां उत्ते हमला होया, उन्हां दा पूरा खानदान ही सारा खत्म करता उत्थे। वो कुछ अच्छा 40-50 के ज्यादा इस तो बंदे लाशां सानी रस्ते दे पईयां। उत्थे खौफ भी बड़ा आया। हाँ जी। पर उन्हां दे उत्तों दी लंघ गए। हाँ, लाशां दे उत्तों लंघे। हाँ जी। अगे असी राणिए पहुँच गए, फिर सानू खतरा कुछ महसूस घट हो गया। अच्छा। वो पिंड आराम नाल बैठा। तुहाडे ते हमला होया राह दे विच किते? साढ़े ते नहीं होया। अच्छा। उत्थे नहीं होया, ठीक है। फिर उत्थों असी राणिए जिस आ गए तो उत्थे बारिश शुरू हो गई। 7 दिन बारिश पैंदी रही। हाँ, बुजुर्ग दसदे उस साल बारिशां बड़ियां। असीं फिर जिहड़े ना कपड़िआं दीआं तमोटियां बना के ना उन्हां दे थल्ले गुजारा कीता। 7वें दिन सूरज निकलिआ ते उत्थों टुरे। साढ़े नाल दे रिश्तेदार ही हैगे सन, उधर मेरे ताए दा बेटा पिआ सी जी, उन्हां कोल बुढ़ा सी बेचारा इक, उन्हां नूं चक्किआ नहीं सी जांदा, 2 भरा सी उह। अच्छा। ਅਤੇ ਉਹ ਤੋਂ ਟੁਰਿਆ ਨਹੀਂ ਸੀ ਜਾਂਦਾ ਜੀ। ਉਹ ਰਿਆਸਤ ਬੀਕਾਨੇਰ ਦੇ ਸਿਰੇ 3 ਬਾਰ ਹੱਦ ਦੇ ਉੱਤੇ ਇੱਕ ਪਿੰਡ ਸੀ ਡਬਲੀ। ਡਬਲੀ, ਠੀਕ। ਉੱਥੇ ਸਟੇਸ਼ਨ 'ਤੇ ਉਹਨੂੰ ਬਾ ਕੇ ਬਾਬੇ ਨੂੰ ਅਤੇ ਉਹਨਾਂ ਨੇ ਕੋਲ ਪਾਣੀ ਦੇ ਦੇ ਤਾਂ ਵੀ ਆਉਂਦਾ ਬਾਬਾ ਪਾਣੀ, ਅਤੇ ਅਸੀਂ ਤਾਂ ਹੁਣ ਸੱਤ ਹੋ ਚੁੱਕੇ ਨਹੀਂ ਅੰਦਰ ਅੱਲਾ ਦੀ ਸਪੁਰਦ। ਅੱਛਾ। ਉੱਥੇ ਛੱਡ ਬੁੜੇ ਬਾਪ ਨੂੰ ਉੱਥੇ ਬੁੜੇ ਬਾਪ ਉੱਥੇ ਛੱਡ ਕੇ ਟੁੱਟ ਗਏ। ਲੋਕਾਂ ਨੇ ਬਥੇਰੇ ਲਾਹਨ ਤਾਨ ਕੀਤੀ ਵੀ ਤੁਸੀਂ ਇਹ ਕਿਹੜੀ ਕੀਤੀ, ਕੀ ਕਰੀਏ ਫਿਰ ਰੱਬ ਦੀ ਜਾਨ ਬਚਾਈ ਕਿ ਇਹਨਾਂ। ਉਹਨਾਂ ਆਖਿਆ ਤੁਸੀਂ ਇੱਥੇ ਮੁੜ ਤਾਂ ਤੁਸੀਂ ਮਰ ਜਾਂਦੇ ਹੋ, ਚੰਗਾ ਸੀ। ਉਹ ਤੋਂ ਵਿਚਾਰਾ ਉੱਥੇ ਛੱਡ ਰਹਿ ਗਿਆ। ਕਿਆ ਬੀਤਦੀ ਹੋਣੀ ਇਸ ਬਾਬੇ 'ਤੇ। ਅਸੀਂ ਫਿਰ ਉਸ ਤੋਂ ਅੱਗੇ ਸੂਰੇ ਵਾਲਾ ਪਿੰਡ ਸੀ। ਅੱਛਾ, ਸੂਰੇ ਵਾਲਾ। ਉੱਥੇ ਆਏ ਅਤੇ ਉੱਥੇ ਇਹ ਬੀਕਾਨੇਰ 'ਚੋਂ ਦਾਖਲ ਹੋ ਗਏ ਹੱਦ ਦੇ ਉੱਤੇ, ਠੀਕ ਹੈ। ਉੱਥੇ ਉਹਨਾਂ ਨੇ ਆਪਣੇ ਰਾਜੇ ਨੇ ਨਾ ਵੈਸੇ ਮੁਸਲਮਾਨਾਂ ਨੂੰ ਉੱਥੇ ਨੁਕਸਾਨ ਨਹੀਂ ਹੋਇਆ। ਅੱਛਾ, ਬੀਕਾਨੇਰ 'ਚ। ਹਾਂਜੀ, ਅਸੀਂ ਉਹ ਜਿਹੜਾ ਹਾਂ ਉਹ ਜਿੱਥੇ ਉੱਥੇ ਡੱਬਲੀ 'ਚੋਂ ਚੱਲੇ ਨਾ ਜੀ, ਅਤੇ ਸੂਰਿਆ ਵਾਲੇ ਤੋਂ ਦੇ ਅਤੇ ਦਰਮਿਆਨ ਦੇ ਵਿੱਚ ਸਾਡੇ 'ਤੇ ਇੱਕ ਚੱਲ ਆਇਆ ਜ਼ਖੀਰਾ ਜਿਹਾ ਹੈਗਾ ਸੀ। ਅੱਛਾ ਜੀ। ਯਾਨੀ ਬਾਣੋ ਅਤੇ ਆਮ, ਠੀਕ ਹੈ, ਦਰਖਤ ਹੈਗੇ ਸਨ, ਜੰਗਲ ਜਿਹਾ ਹੋ ਗਿਆ, ਜੰਗਲ ਜਿਹਾ ਜੀ। ਅਤੇ ਉੱਥੇ ਸਾਡੇ 'ਤੇ ਅਟੈਕ ਹੋਇਆ। ਇੱਕ ਬੰਦਾ ਕਿੱਕਰ ਦੇ ਉੱਤੇ ਚੜਿਆ ਹੋਇਆ ਸੀ ਜੀ, ਅਤੇ ਉਹਨੇ ਫਾਇਰ ਕੀਤਾ। ਫਾਇਰ ਇਹ ਹੈ ਵੀ ਬੰਦੇ ਕਿਸੇ ਨੂੰ ਨਹੀਂ ਵੱਜਿਆ ਜੀ, ਜ਼ਮੀਨ 'ਚ ਮੈਂ ਆਪ ਖੁਦ ਅੱਖਾਂ ਨਾਲ ਵੇਖਿਆ ਵੀ ਇੰਨਾ ਟੋਆ ਪੈ ਗਿਆ। ਅੱਛਾ। ਪਰ ਸਾਡੇ ਜਿਹੜਾ ਹੈਗਾ ਸੀ ਸੂਬੇਦਾਰ ਜੀ, ਉਹਦੇ ਕੋਲ ਰਾਈਫਲ ਹੈਗੀ ਸੀ ਇੱਕ, ਬਹੁਤ ਬਿਹਤਰੀਨ ਹੈਗੀ, ਅਤੇ ਛੋਟੀ ਜਿਹੀ ਸੀ ਜੀ, ਪਰ 3 ਮੀਲ ਤੀਕਰ ਮਾਰ ਕਰਦੀ ਸੀ, ਠੀਕ। ਉਹਨੇ ਆਖਿਆ ਵੀ ਬੰਦੇ ਦਾ ਨਿਸ਼ਾਨ ਮੈਨੂੰ ਦਿਓ ਕਿੱਥੇ ਜੇ ਹੈ। ਅੱਛਾ। ਵੀ ਜਿਹੜੇ ਬੰਦੇ ਨੇ ਫਾਇਰ ਕੀਤਾ ਜੀ, ਇਹ ਉਹਨੇ ਉਹਨੂੰ ਮਾਰਿਆ ਸੀ, ਨਿਸ਼ਾਨਾ ਸਹੀ ਲੱਗਿਆ, ਠੀਕ। ਉਹ ਕਿੱਕਰ ਤੋਂ ਥੱਲੇ ਡਿੱਗ ਪਿਆ, ਹਮਲਾਵਰ ਜਿਹੜਾ ਸੀ, ਹਮਲਾਵਰ ਸੀ ਜਿਹੜਾ। ਅਤੇ ਚਲੋ ਜੀ ਅੱਗੇ ਟੁਰ ਚੱਲ ਪਏ। ਫਿਰ ਸੂਰੇ ਵਾਲੇ ਪਹੁੰਚ ਗਏ ਜੀ, ਉੱਥੇ ਉਹ ਬੰਦੇ ਮਗਰ ਆ ਗਏ। ਅੱਛਾ, ਜਿਨ੍ਹਾਂ ਦਾ ਬੰਦਾ ਮਾਰਿਆ ਤੁਹਾਡਾ ਕਾਫਲਾ। ਅੱਛਾ, ਜਿਨ੍ਹਾਂ ਦਾ ਬੰਦਾ ਮਰਿਆ ਸੀ। ਉਹ ਫਿਰ ਇਹਨਾਂ ਨੇ ਸਾਰਿਆਂ ਨੇ ਆਖਿਆ ਵੀ ਹਰ ਇੱਕ ਤੋਂ ਪੁੱਛ ਲਓ, 100-150 ਜਿੰਨੇ ਬੰਦਿਆਂ ਤੋਂ ਪੁੱਛਣਾ ਵੀ ਪਹਿਲਾਂ ਹਮਲਾ ਉਹਨੇ ਕੀਤਾ ਕਿ ਅਸੀਂ ਕੀਤਾ, ਠੀਕ। ਅਸੀਂ ਤਾਂ ਆਪਦਾ ਦਿਫਾਅ ਕੀਤਾ, ਸਹੀ। ਪਰ ਫਿਰ ਵੀ ਨਾ ਉਹਨਾਂ ਨੇ ਸਾਨੂੰ 5 ਰੁਪਈਏ ਜੀ ਦੇ ਹਿਸਾਬ ਨਾਲ ਪੈਸੇ ਸਾਡੇ ਕੋਲ ਲਏ। ਅੱਛਾ, ਉਹਨਾਂ ਪੈਸੇ ਲਏ ਤੁਹਾਡੇ ਕੋਲ? ਪੈਸੇ ਲਏ। ਅੱਛਾ। ਉਹ ਜਿਹੜੀ ਉੱਥੇ ਪੁਲਿਸ ਹੈਗੀ ਸੀ, ਠੀਕ ਹੈ। ਉਹ ਫਿਰ ਅਸੀਂ ਵੀ ਅਸੀਂ 5 ਜੀ ਹੈਗੇ ਸਨ ਜੀ, ਪੈਸੇ ਸਾਨੂੰ ਉਹਨਾਂ ਨੇ ਵੀ ਇਹ ਤੁਹਾਡੇ ਤੋਂ ਸਾਈ ਕੋਲ ਸਾਈ ਕੋਲ
कुछ भी नहीं है कोल जी, क्योंकि असि तो बस एवं खाली हथ कर निकले सर जी, एक गिलास से एक कौली साढ़े को। फिर उन्होंने ना अपना हाँ सानू अद्धे पैसे। अच्छा तुहानू अद्धे 2.5 रुपये जी दे साहब। जी 2.5 रुपये जी दे हिसाब नाल साढ़े को सही। असि दे के फिर चल पे उत्थे। उस राजे का हुक्म सी जां पता नहीं मिलिट्री ने किवें अपने आप जिहड़ा कुछ कीता, क्यों असि तो छोटे से फिर सरकार दे बंदियां नूं ना उन्होंने रात नूं सद के बुला के सारी गलबात कीती जी। सुबह 8 बजे तो पहला ना पैसे पूसे दे के काफला तैयार कर लिया। ठीक है, उन्हें सानू मिलिट्री दिती नाल। अच्छा, बीकानेर वाले राजे ने तुहानू मिलिट्री दिती नाल हिफाजत लई। दो गड्डियां सी, एक पिछे हुंदी सी एक अगे हुंदी सी। ठीक है, छोटियां छोटियां जी, 10 बंदे से जी, पंज घोड़े से जी, जिन्हें उत्ते पंज सवार करते सवारी करते से जी, ते बाकी वो दूसरियां गड्डियां ते हुंदे सन जी। 12 मील तकरीबन रोज का सफर करवाउंदे सन। अच्छा, किन्ने दिन कीता? याद नहीं भी किन्ने दिन कीता। अच्छा, ये याद नहीं। हाँ जी, ठीक। 8-9 दिन वैसे सफर किया सी। अच्छा, पैदल। ये मेरा आइडिया है भी 8-9 दिन ऐसे सफर किया पैदल। पैदल फिर असी ते राज खान पींदा की सी है ये जेड़े 12 दिन सफर च की खांदे पींदे रहे? बस जिथे जेड़ी किसी कोल कोई चीज होनी किसी पिंड च दे के कोई आटा ले लै कि तू किते दाणे ले ले या जिस तरह भी होया इस तरह गुजारा। किसी गुआंढी ने किसी ने देता सही, यानी एक दूसरे इशार सही दे हिसाब नाल। ठीक है, सानू भी सच्ची गल है भी साढ़े पिंड के जोड़े गुजारे सन उन्होंने एक दो बंद ने एक दो थावान से सानू खाना खिलाया। अच्छा, असी तो कुछ है नहीं साढ़े को जी। फिर असी इतने हाँ खिची वाले सामने आ के। अच्छा, रियासत बीकानेर दे बहावलपुर। अच्छा, खिची वाला है। ठीक है, रियासत बहावलपुर के नाल बीकानेर की हद लगती है। बीकानेर की हद लगती है, उत्थे सानू उन्होंने पाकिस्तान की हद चवाड़िया। ठीक, बीकानेर मेरे राजस्थान च है। राजस्थान च? हाँ, वो राजस्थान च। अच्छा, तो इधरों बार्डर इन्हों का ना बीकानेर का बहावलपुर का मिलता है। ठीक है, इत्थे सानू उन्होंने छड़ दिता। इत्थों असी फिर लोग तो उतों ही अपने चढ़ के गड्डिया गुड़िया से जी कोला भरिया हुंदा सी किसी कि कुछ किस कुछ माल गड्डिया से जी बहुते तो दूसरिया सवारियां से नहीं जी। वो फिर असं उ पैदल तो पाकिस्तान की हद च पहुंच गए। हाँ, पाकिस्तान की हद च पहुंच के ना खिची वाले। फिर असं डारा वाले नूं आए। अच्छा, पैदल टुर के। ठीक, डारा वाला एक दिन शाम उत्थे पहुंचे, उतों फिर अगले दिन चल पे। फिर असं बख्शर खां स्टेशन है गया बावल नगर तो अगला। अच्छा, ठीक। अच्छा, तुझे अब पिछे चलने एक बारी फिर पिछे चलने एक बारी फिर दोबारा गए पिंड कदी कदी पिंड गए दोबारा अपने पिछले पिंड? हाँ, वाल साहब गए। अच्छा, कितनी की देर बाद? 2 साल बाद। अच्छा, साडा को दफीना जड़े ना वाल साहब ने पैसे जड़े जमीन च नपे सन ना। अच्छा, वो किथे नपे? घर दे विच ही? घर दे विच। अच्छा, अल्लाह दा फजल सी। हाँ, कारोबार जिहड़ा करता सी वाल साहब, मैं तो छोटे ही समय की करना सी। हाँ जी, ना साडे पिंड स्कूल सी ना मदरसा सी जी, कुछ भी नहीं। अच्छा, वो जिहड़े दब्बे सी पैसे वो किस केड़ी जगह ते? इत्थे आ के मियां किसी नाल ना गल ना करे, कोई ना बोले ना चले, गम यानी पैसों का हो गया उन्होंने। अच्छा, चांदी दे रुपये सन। अच्छा, 2 घड़े भरे सन। वाह। अच्छा, वो जमीन च नपे सर बेड़े च। ठीक, उतो ना इतने गल्ला गुल्ला करते रहे करके फलाने था ये वो उत्थे पैसे नपे रह गए साढ़े। वो एक माइक सुनती सी थामत तो हो गया कतल, वो जेल च भाग गया। अच्छा, वो इतों नस्सी च हिंदुस्तान। अच्छा, पिछा अपने पिंड सानू तो शक उस से। दोस्तों, हमारी ये वीडियो अगर आपको अच्छी लगी तो कमेंट जरूर कीजिए, लाइक और शेयर भी कीजिए।